ਤਰਜੀਹ ਨਹੀਂ ਕਰਨੀ ਅਤੇ ਫਿਰ ਉਹ ਕੋਈ ਹੋਰ ਮਤਲਬ ਹੈ ਜਨਾਬ ਆ, ਫਿਰ ਉਹਨਾਂ ਆਖਿਆ ਜੀ ਮੈਂ ਕਲਾਸ ਦਾ ਨਾ ਤੁਸੀਂ ਇਸ ਰਜਿਸਟਰ 'ਤੇ ਲਿਖੋ ਕਿ ਜਿਹੜਾ ਟਾਈਮ ਮਤਲਬ ਬੱਚਿਆਂ ਦਾ ਲਾਇਆ ਹੋਇਆ ਸੀ ਇਹਨਾਂ 'ਤੇ ਤੁਸੀਂ ਜ਼ਿੰਮੇਵਾਰ ਹੋ। ਇਤਨਾ ਯਾਨੀ ਕਿ ਟਾਈਮ ਨਾ ਕਦੇ ਕਰਨੇ ਸਨ ਔਰ ਪੜ੍ਹਾਈ ਨੂੰ ਇਤਨੀ ਤਰਜੀਹ ਦੇਣੀ। ਉਹ ਨਹੀਂ, ਉਹਨਾਂ ਆਖਿਆ ਮੈਂ ਠੀਕ ਹਾਂ, ਮੈਂ ਜ਼ਿਲ੍ਹੇ ਵਿੱਚ ਮਤਲਬ ਹੈ ਮੈਨੂੰ ਮਤਲਬ ਹੈ ਅਫਸਰ ਨੇ ਬੁਲਾਇਆ, ਮੇਰੀ ਜਾਣਕਾਰੀ ਕੋਈ ਨਹੀਂ, ਲੇਕਿਨ ਮੇਰੇ ਰਜਿਸਟਰ 'ਤੇ ਲਿਖੋ ਕਿ ਜਿਹੜਾ ਟਾਈਮ ਲਾਇਆ ਹੈ ਇਹ ਮਤਲਬ ਹੈ ਗੌਰਮੈਂਟ ਦੇ ਜ਼ਿੰਮੇ ਹੈ। ਗੋਖੜ ਸਿੰਘ ਨੇ ਕਿਹਾ ਹਾਂ, ਮਤਲਬ ਕਿ ਇਤਨਾ ਜ਼ਿਆਦਾ ਆਪਣੇ ਜਿਹੜੇ ਬੱਚੇ ਸਟੂਡੈਂਟ ਪੜ੍ਹਾਉਣਾ ਸਾ ਕਿ ਇਹ ਸਰਕਾਰੀ ਸਕੂਲ ਸਾ ਪ੍ਰਾਈਵੇਟ ਸਕੂਲ ਸਾ? ਸਕੂਲ ਪ੍ਰਾਈਵੇਟ ਸੀ, ਮੈਂ ਆਪਣਾ ਸੀ ਜੀ, ਪ੍ਰਾਈਵੇਟ ਸਕੂਲ, ਕੋਈ ਕਿਸੇ ਕੋਲ ਲੈਣ ਦੇਣ ਵੀ ਨਹੀਂ, ਫਰੀ ਬਣਾਉਣੇ ਸੀ ਫਰੀ। ਤਾਂ ਹੀ ਤਾਂ ਬੱਚੇ ਇੱਥੇ ਉਹਨਾਂ ਦੇ ਕਾਬਲ ਹੁੰਦਾ, ਉਹ ਕਹਿੰਦੇ ਸੀ ਹਿੰਦੁਸਤਾਨ ਵਿੱਚ ਜਾ ਕੇ ਜਿਹੜੇ ਫੌਜੀ ਗਏ ਜ਼ਿਲ੍ਹੇ ਰਾਵਲਪਿੰਡੀ ਤਹਿਸੀਲ ਵਜ਼ੀਰ ਖਾਨ ਨੇ, ਉਹਨਾਂ ਲੋਕਾਂ ਜਾ ਕੇ ਆਖਿਆ ਕਿ ਅਸੀਂ ਉਹਨਾਂ ਅਫਸਰਾਂ ਪਰ ਉਹਨਾਂ ਪਰ ਸਵਾਲ ਲਿਖਿਆ ਵੀ ਤੁਸੀਂ ਕੌਣ ਸੀ ਯੂਨੀਵਰਸਿਟੀ ਨੇ ਪੜ੍ਹੇ ਹੋ? ਉਹਨਾਂ ਨੇ ਕਿਹਾ ਜੀ ਅਸੀਂ, ਉਹਨਾਂ ਆਪ ਹੀ ਘਰ ਨਹੀਂ ਗੱਲ ਕੀਤੀ ਕਿ ਆਮ ਜੀ ਪੜ੍ਹੇ ਹਾਂ ਗੋਕੜੀ ਯੂਨੀਵਰਸਿਟੀ ਨੇ, ਅਲੱਗ ਵੋ ਸਕੂਲ ਥਾ ਯੂਨੀਵਰਸਿਟੀ ਨਹੀਂ। ਹਾਂ, ਵੈਸੇ ਉਹਨਾਂ ਜਿਸਾ ਸਵਾਲ ਦਿੱਤਾ, ਸਵਾਲ ਨਾਲ ਜਵਾਬ ਹੈ ਤਾਂ ਸਕੂਲ ਸੀ, ਇਹ ਹਰਿਆਲ ਸਾਹਮਣੇ ਆਉਣਾ ਜੀ, ਤੁਸੀਂ ਹੋ ਕੇ ਆਇਓ ਪਾਠ ਸਾਹਮਣੇ, ਉਹ ਮੰਦਰਾਂ ਵਾਲਾ ਹਰਿਆਲ ਹੂ ਹੈ, ਉਸੇ ਹੀ ਸੀ ਮਤਲਬ ਮਾਸਟਰ ਗੋਕਲ ਚੰਦ। ਗੋਕਲ ਚੰਦ, ਹਾਂ। ਅੱਛਾ, ਇਹਨਾਂ ਕੀ ਕੋਈ ਲੋਕ ਮਤਲਬ ਤਾਰਾ ਚੰਦ ਕਹਿੰਦੇ ਨੇ, ਕੋਈ ਤਾਰਾ ਸਿੰਘ ਕਹਿੰਦੇ ਨੇ, ਅਸਲ ਵਿੱਚ ਤਾਂ ਤਾਰਾ ਚੰਦ ਸੀ ਨਾ ਜੀ? ਜ਼ੁਬਾਨ ਮੁਖਤਲਿਫ ਹੈ। ਅੱਛਾ ਅੱਛਾ, ਤੇ ਇਹ ਜਿਹੜਾ ਖੂਹ ਹੈ, ਇਹ ਜਿਹੜੀ ਬਾਉਲੀ ਜੀ ਬਣੀ ਹੈ, ਤਾਰਾ ਸਿੰਘ ਜਿਹੜਾ, ਮੈਂ ਤਾਰਾ ਸਿੰਘ ਵੀ ਮਤਲਬ ਹਰਿਆਲ ਨਾ ਹੋਇਆ, ਤਾਰਾ ਸਿੰਘ ਦੋ ਤਾਰਾ ਸਿੰਘ ਹੋਏ। ਅੱਛਾ, ਇੱਕ ਤਾਰਾ ਸਿੰਘ ਕਿੱਥੇ ਨਾ ਹੋਇਆ, ਇਸ ਜਾਇਦਾਦ ਦਾ ਮਾਲਕ ਜਿਹੜਾ ਕਿ ਅਸਾਂ ਸੁਣਿਆ ਕਿ ਸਰਦਾਰ ਚਰਨ ਸਿੰਘ ਨੇ ਵਾਲਦ ਸਨ, ਗੋਕਲ ਸਿੰਘ, ਗੋਕਲ ਚੰਦ ਔਰ ਤਾਰਾ ਸਿੰਘ ਜਿਹੜੇ ਹੋਏ ਨੇ, ਇਹ ਤਾਰਾ ਸਿੰਘ ਵੀ ਮਤਲਬ ਹਰਿਆਲ। ਅੱਛਾ, ਇਹ ਜਿਹੜਾ ਉਹ ਪਿੱਛੇ ਤੁਸਾਂ ਨੇ ਪਿੱਛੇ ਦਿਸਣਾ ਪਿਆ ਪਿੰਡ, ਇਸ ਕੀ ਆਖਣੇ ਨੇ ਹਰਿਆਲ ਹੈ, ਹਰਨਾਲ, ਹਰਨਾਲ ਦੋ, ਉਹ ਸਾਹਮਣੇ ਹਰਨਾਲ ਹੈ ਮੰਦਰ, ਇਹਨਾਂ ਨੇ ਹਰਨਾਲ ਮੰਦਰਾਂ ਵਾਲਾ ਹਰਨਾਲ, ਇਹਦੀ ਇਹਦੀ ਸਰਦਾਰਾਂ ਹੀ ਨਾ। ਅੱਛਾ ਅੱਛਾ, ਹਾਂ, ਹਰਨਾਲ ਬਹੁਤ ਮਸ਼ਹੂਰ ਮਾਲ ਜਿਹੜਾ ਇੱਥੇ ਖੂਹ ਬਣਿਆ, ਬੰਨੀਆਂ ਜਿਹੜੀਆਂ ਨਜ਼ਰ ਆਉਣੀਆਂ ਬੁੜਾਂ ਵਾਲੀਆਂ ਇੱਥੇ ਜ਼ਿਆਦਾ, ਅਤੇ ਇਹ ਜਿਹੜੇ ਖੂਹ ਦਿਸਣੇ ਨੇ, ਕੋਈ ਬੌਲੀਆਂ ਦਿਸਣੀਆਂ ਨੇ, ਇਹ ਜਿਹੜੇ ਨੇ ਇਹ ਕਿੰਨਾ ਬਣਾਏ ਸੀ? ਇਹ ਸਰਕਾਰ ਅਮਨ ਜ਼ਮਾਨੇ ਨੇ ਮਤਲਬ ਇਹ ਹਿੰਦੂਆਂ ਸਰਦਾਰਾਂ ਨੇ ਕੰਮ ਸਨ, ਹੋਰ ਕੁਛ ਬਣਾਏ, ਜਿਨ੍ਹਾਂ ਦੀਆਂ ਜਾਇਦਾਦਾਂ ਸਨ ਆਪਣੀਆਂ ਉਹਨਾਂ ਹੀ ਬਣਾਏ। ਅੱਛਾ, ਇਸ ਨਾਲ ਮਤਲਬ ਕਿ ਲੋਕਾਂ ਦੀ ਵੈਲਫੇਅਰ ਨਾਲ ਖਿਆਲ ਰੱਖਣੇ ਸੀ? ਖਿਆਲ ਨਹੀਂ ਸੀ ਰੱਖਣੇ, ਹੋਰ ਕੀ ਕਰਨਾ ਸੀ? ਅੱਛਾ, ਇੱਥੇ ਜਿਹੜਾ ਤਾਰਾ ਸਿੰਘ ਆਪ ਨਹੀਂ ਸੀ ਰਹਿਣਾ ਤੁਹਾਡਾ? ਨਹੀਂ 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 ਨਹੀਂ, ਆਪ ਨਹੀਂ ਜੀ, ਆਪ। ਇਹ ਗ੍ਰਾਂ ਕਿਸ ਵਾਸਤੇ ਬਣਾਇਆ ਸਾ ਉਹਨਾਂ? ਇਹ ਗ੍ਰਾਂ ਇਸ ਵਾਸਤੇ ਉਹਨਾਂ ਨੇ, ਇਹ ਜਾਇਦਾਦ ਸੀ 550 ਘੁਮਾਂ, ਇੱਥੇ ਮਜ਼ਾਰਿਆ ਰਹਿਣਾ ਸੀ, ਕੰਮ ਕਰਨ ਵਾਲੇ ਮਤਲਬ ਜ਼ਿੰਮੀਦਾਰੀ ਕਰਨ ਵਾਲੇ, ਕਾਸ਼ਤ ਕਰਨ ਵਾਲੇ, ਮਜ਼ਾਰਿਆ ਸੁਣਨਾ ਜੀ, ਬਿਮਾਰ ਬਾਲ ਬੱਚੇ ਮੁਕਾਮੀ ਮਜ਼ਾਰਿਆ ਸੁਣਨਾ। ਠੀਕ ਠੀਕ ਠੀਕ, ਆਪੂ ਨਹੀਂ ਸਰ ਰਹਿਣੇ, ਇੱਥੇ ਉਹਨਾਂ ਨੇ ਸਿਰਫ ਮਜ਼ਾਰੇ ਰਹਿਣੇ ਸਨ, ਉਹ ਕਦੀ ਕਦੀ ਸ਼ਹਿਰ ਵਾਸਤੇ ਜਿਹੜੀ ਮੈਂ ਤੁਹਾਨੂੰ। ਅੱਛਾ, ਹੋਰ ਕਿੱਥੇ ਕਿੱਥੇ ਪ੍ਰਾਪਰਟੀ ਸੀ, ਉਹਨਾਂ ਨੇ ਘਰ ਕਿੱਥੇ ਕਿੱਥੇ ਬਣਾਏ ਸੀ? ਉਹਨਾਂ ਨੇ ਬਾਰੇ ਦੱਸਣਾ ਜੀ ਕਿ ਮਤਲਬ ਪਿੰਡੀ ਵੀ ਮਕਾਨ ਸੀ, ਦੌੜ ਮਕਾਨ ਸੀ, ਬਸ ਇਸਲਾਬਾਦ ਮਕਾਨ ਸੀ, ਇਸ ਸੁਣਿਆ ਆਪਾਂ, ਦੇਖਿਆ ਜੀ ਮੇਰੀ ਉਮਰ ਮੇਰਾ ਵੀ ਉਸਦਾ ਕਿਹੜਾ, ਆਪਾਂ ਬਜ਼ੁਰਗਾਂ ਜਿਹੜੇ ਸਭ ਬਜ਼ੁਰਗ ਸਨ ਉਹਨਾਂ ਨੇ ਅਹਿਲਕਾਰ ਨੰਬਰਦਾਰ ਉਹਨਾਂ ਕੋਲੋਂ ਸੁਣਨਾ, ਇਹ ਗੱਲਾਂ ਸੁਣਨਾ, ਇੱਥੇ ਦੇ ਮੁਕਾਮੀ ਲੋਕ, ਆਹ ਮੁਕਾਮੀ ਲੋਕ ਜਿਹੜੇ ਇੱਥੇ ਨੇ ਮਜ਼ਾਰਿਆ ਮੁਸਲਮਾਨ ਜਿਹੜੇ ਕਾਸ਼ਤ ਜ਼ਮੀਨ ਕਾਸ਼ਤ ਕਰਨਾ।